ਵੀਰੋ, ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ। ਅੱਜ ਦੀ ਵੀਡੀਓ 'ਚ ਗੱਲ ਆਪਾਂ ਜ਼ਮੀਨ ਦੇ ਠੇਕੇ ਬਾਰੇ ਕਰਾਂਗੇ ਕਿ ਆਪਣੇ ਏਰੀਏ ਦੇ ਵਿੱਚ ਬਾਕੀ ਪੰਜਾਬ ਦੇ ਮੁਕਾਬਲੇ ਇੰਨਾ ਘੱਟ ਠੇਕਾ ਕਿਉਂ ਆ, ਅਤੇ ਫਸਲਾਂ ਦੇ ਝਾੜ ਵਗੈਰਾ ਕਿਵੇਂ ਦੇ ਆਉਂਦੇ ਆ, ਅਤੇ ਇਹ ਵਾਲਾ ਜਿਹੜਾ ਹੁਣ ਝੋਨੇ ਦਾ ਆਉਣਾ ਸੀਜਨ ਹੈ ਜਦੋਂ ਜ਼ਮੀਨਾਂ ਠੇਕੇ 'ਤੇ ਚੜ੍ਹਨੀਆਂ, ਅਤੇ ਹੁਣ ਕਿੰਨੇ ਨੂੰ ਜਿਹੜੀ ਸਾਈ ਵਸਾਈ ਲੋਕਾਂ ਦੀ ਹੋ ਰਹੀ ਆ, ਮਤਲਬ ਕਿੰਨੇ ਹਜ਼ਾਰ ਨੂੰ ਜ਼ਮੀਨ ਹੈ ਜਿਹੜੀ ਉਹ ਠੇਕੇ 'ਤੇ ਚੜ੍ਹ ਰਹੀ ਆ। ਸੋ ਇਹਦੇ ਬਾਰੇ ਅੱਗੇ ਵੀਡੀਓ ਦੇ ਵਿੱਚ ਗੱਲ ਕਰਾਂਗੇ, ਛੋਟਾ ਜਿਹਾ ਕੰਪੈਰੀਜ਼ਨ ਇੱਕ ਮਾਝੇ ਦਾ ਅਤੇ ਮਾਲਵੇ ਦਾ ਵੀ ਆਪਾਂ ਕਰਾਂਗੇ। ਸੋ ਵੀਡੀਓ ਨਾਲ ਬਣੇ ਰਹੋ ਅਤੇ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਕਿਸਾਨ ਵੀਰੋ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਕਿ ਜ਼ਮੀਨਾਂ ਜਿਹੜੀਆਂ ਉਹ ਹੌਲੀਆਂ ਨੇ ਜਾਂ ਭਾਰੀਆਂ ਨੇ, ਅਤੇ ਆਪਣਾ ਏਰੀਆ ਕਿਹੜਾ ਆ। ਇਹ ਏਰੀਆ ਕਿਸਾਨ ਵੀਰੋ ਗੁਰਦਾਸਪੁਰ ਆਪਣਾ ਜ਼ਿਲ੍ਹਾ, ਅਤੇ ਜਿਹੜੀ ਆਪਾਂ ਨੂੰ ਤਹਿਸੀਲ ਲੱਗਦੀ ਆ ਉਹ ਦਰਾਂਗਲਾ ਲੱਗਦੀ ਆ, ਅਤੇ ਆਪਣਾ ਪਿੰਡ ਦਰਾਂਗਲੇ ਤੋਂ ਕੋਈ ਤੁਸੀਂ ਮੰਨ ਲਓ 2 ਕਿਲੋਮੀਟਰ ਦੂਰ ਆ, ਅਤੇ ਇੱਥੇ ਸਾਰੀਆਂ ਜ਼ਮੀਨਾਂ ਹਾਂ ਥੋੜ੍ਹਾ ਜਿਹਾ ਬਾਰਡਰ ਦਾ ਏਰੀਆ ਪੈ ਜਾਂਦਾ, ਪਰ ਇੰਨਾ ਜ਼ਰੂਰ ਹੈ ਕਿ ਜ਼ਮੀਨਾਂ ਜਿਹੜੀਆਂ ਉਹ ਬਹੁਤ ਭਾਰੀਆਂ ਨੇ। ਤਕਰੀਬਨ ਮਾਝੇ ਦੇ ਵਿੱਚ ਸਾਰੀਆਂ ਜ਼ਮੀਨਾਂ ਜਿਹੜੀਆਂ ਉਹ ਭਾਰੀਆਂ ਨੇ। ਉਹਦਾ ਇਹ ਕਾਰਨ ਆ ਕਿ ਬਾਕੀ ਜ਼ਮੀਨਾਂ ਪੰਜਾਬ ਦੇ ਵਿੱਚ ਇਹ ਬਾਅਦ ਵਿੱਚ ਚੱਲੀਆਂ, ਜਦੋਂ ਆਪਣਾ ਤੁਸੀਂ ਮੰਨ ਲਓ ਕਿ ਦੇਸ਼ ਆਜ਼ਾਦ ਹੋਇਆ, ਉਹਦੇ ਤੋਂ ਬਾਅਦ ਜ਼ਮੀਨਾਂ ਥੋੜ੍ਹੀਆਂ ਥੋੜ੍ਹੀਆਂ ਕਰਕੇ ਚੱਲਣ ਲੱਗੀਆਂ, ਲੋਕਾਂ ਨੇ ਟਿੱਬੇ ਮਤਲਬ ਪੁੱਟੇ ਜ਼ਮੀਨਾਂ ਕਰਾਈਆਂ, ਅਤੇ ਹੁਣ ਥੋੜ੍ਹੀ ਜਿਹੀ ਫਸਲ ਆ ਜਿਹੜੀ ਉੱਥੇ ਸੋਹਣੀ ਹੋਣ ਲੱਗ ਪਈ ਹੈ, ਕਿਸਾਨ ਵੀਰ ਸੋਹਣੀ ਖੇਤੀ ਆ ਜਿਹੜੀ ਉਹ ਕਰਨ ਲੱਗ ਪਏ ਆ। ਪਰ ਆਪਣੇ ਪੰਜਾਬ ਦੇ ਵਿੱਚ ਇਹ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਟਾਈਮ ਸੀ, ਅਜੇ ਵੀ ਤੁਸੀਂ ਪਾਕਿਸਤਾਨ ਜਾਓਗੇ ਅਤੇ ਤੁਹਾਨੂੰ ਹਰ ਕਿਲੋਮੀਟਰ ਬਾਅਦ ਇੱਕ ਨਹਿਰ ਜਿਹੜੀ ਉਹ ਸੜਕ 'ਤੇ ਪੁੱਲ ਹੋਏਗਾ, ਅਤੇ ਤੁਹਾਨੂੰ ਕਰੋਸ ਉਹ ਕਰਨਾ ਪਏਗਾ। ਉਹਦਾ ਇਹ ਕਾਰਨ ਕਿ ਇੱਥੇ ਸਾਰਾ ਜਿੰਨਾ ਵੀ ਪਾਣੀ ਦਾ ਪ੍ਰਬੰਧ ਸੀ ਇਹ ਨਹਿਰੀ ਵਿਭਾਗ ਮਤਲਬ ਬਹੁਤ ਸੋਹਣਾ ਸੀ, ਪਰ ਹੁਣ ਇਹ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਸਭ ਕੁਛ ਮਤਲਬ ਖਤਮ ਹੋ ਗਿਆ, ਨਹਿਰ ਵੀ ਆਪਣੇ ਏਰੀਏ ਨੂੰ ਕੋਈ ਨਹੀਂ ਲੱਗਦੀ। ਹਾਂ, ਜ਼ਮੀਨਾਂ ਠੰਡੀਆਂ, ਪਾਣੀ ਥੋੜ੍ਹਾ ਜਿਹਾ ਉੱਪਰ ਆ, ਪਾਣੀ ਆਪਣੇ ਏਰੀਏ ਦੇ ਵਿੱਚ ਤੁਸੀਂ ਮੰਨ ਲਓ ਕਿ 14-15 ਫੁੱਟ 'ਤੇ ਆ ਜਿਹੜਾ ਉਹ ਪਾਣੀ ਆ, ਅਤੇ ਜ਼ਮੀਨਾਂ ਦਾ ਘੱਟ ਠੇਕਾ ਐਵੇਂ ਆ ਕਿ ਬਾਕੀ ਮਾਲਵੇ ਦੇ ਤੁਸੀਂ ਪਤਾ ਹੀ ਹੈ ਕਿ ਕਿੰਨਾ ਠੇਕਾ ਜਿਹੜਾ ਉਹ ਚੱਲ ਰਿਹਾ। ਅੰਮ੍ਰਿਤਸਰ ਦੇ ਨੇੜੇ ਤੇੜੇ ਤੁਸੀਂ ਮੰਨ ਲਓ ਉੱਥੇ ਵੀ ਠੇਕਾ ਕਾਫੀ ਜ਼ਿਆਦਾ ਹੋ ਚੁੱਕਿਆ, ਪਰ ਆਪਣੇ ਏਰੀਏ ਦੇ ਵਿੱਚ ਜੇ ਤੁਸੀਂ ਮੰਨ ਲਓ ਕਿ ਜ਼ਮੀਨ ਵਧੀਆ ਆ ਮੋਟਰ ਵਿੱਚ ਲੱਗੀ ਆ, ਅਤੇ ਉਹ ਵੱਧ ਤੋਂ ਵੱਧ ਤੁਹਾਨੂੰ 40-41 ਹਜ਼ਾਰ ਰੁਪਏ ਨੂੰ ਜਿਹੜੀ ਜ਼ਮੀਨ ਆ ਉਹ ਮਿਲ ਜਾਣੀ ਆ। ਅਤੇ ਹਾਂ, ਇੰਨਾ ਜ਼ਰੂਰ ਹੈ ਕਿ ਜ਼ਮੀਨਾਂ ਥੋੜ੍ਹੀਆਂ ਜਿਹੀਆਂ ਕਿਸਾਨ ਵੀਰਾਂ ਕੋਲ ਇੱਧਰ ਘੱਟ ਨੇ, ਅਤੇ ਇਕੱਠਾ ਤੁਹਾਨੂੰ ਟੱਕ ਨਹੀਂ ਮਿਲਣਾ, ਇੰਨਾ ਆ ਕਿ ਜਿੱਦਾਂ 1 ਕਿੱਲਾ 2 ਕਿੱਲੇ ਪਾਣੀ ਦਾ ਹਰ ਜਗ੍ਹਾ ਪ੍ਰਬੰਧ ਹੋਏਗਾ ਆਪਣੇ, ਅਤੇ ਪਾਣੀ ਦਾ ਪ੍ਰਬੰਧ ਵੀ ਕਰਨਾ ਤਾਂ ਕੋਈ ਮਹਿੰਗੀ ਵੱਡੀ ਗੱਲ ਨਹੀਂ ਹੈ, ਸਿਰਫ ਅਤੇ ਸਿਰਫ ਤੁਸੀਂ ਇੱਕ ਇੰਜਨ ਲਿਆਉਣਾ ਪੈਂਦਾ ਤੁਹਾਨੂੰ। ਤੁਸੀਂ ਮੰਨ ਲਓ ਕਿ ਜੇਕਰ ਤੁਸੀਂ ਪਾਣੀ ਦਾ ਪ੍ਰਬੰਧ ਕਰਨਾ ਤਾਂ 20 ਹਜ਼ਾਰ ਦੇ ਵਿੱਚ ਜਾਂ 25 ਹਜ਼ਾਰ ਦੇ ਵਿੱਚ ਤੁਹਾਡਾ ਸਾਰਾ ਐਨ ਵਧੀਆ ਪਾਣੀ ਦਾ ਪ੍ਰਬੰਧ ਹੋ ਜਾਂਦਾ। 1/2 ਲੀਟਰ ਦੇ ਵਿੱਚ ਤਾਂ ਤੁਸੀਂ ਮਤਲਬ 4 ਇੰਚੀ ਪਾਣੀ ਆ ਜਿਹੜਾ ਉਹ ਲੈ ਸਕਦੇ ਹੋ, ਅਤੇ ਜ਼ਮੀਨਾਂ ਭਾਰੀਆਂ ਨੇ, ਸਭ ਕੁਝ ਠੀਕ ਹੈ। ਫਸਲਾਂ ਦੇ ਝਾੜ ਆ ਜਿਹੜਾ ਸਪਰੇਆਂ ਦਾ ਸਭ ਨਾਲੋਂ ਜ਼ਿਆਦਾ ਘੱਟ ਪ੍ਰਯੋਗ ਜੇਕਰ ਮੈਂ ਗੱਲ ਕਰਾਂ ਤਾਂ ਉਹ ਆਪਣੇ ਏਰੀਏ ਦੇ ਵਿੱਚ ਹੁੰਦਾ, ਬਾਹਲਾ ਖਰਚਾ ਵੀ ਨਹੀਂ ਜ਼ਮੀਨਾਂ ਦੇ ਉੱਪਰ ਚੜ੍ਹਦਾ, ਮੌਸਮ ਹੈ ਜਿਹੜਾ ਉਹ ਫਸਲਾਂ ਦੇ ਅਨੁਕੂਲ ਰਹਿੰਦਾ ਬਾਕੀ ਮਾਲਵੇ ਦੇ ਮੁਕਾਬਲੇ। ਤੁਹਾਨੂੰ ਪਤਾ ਕਿ ਮਾਲਵੇ ਦਾ ਜਿਹੜਾ ਤਾਪਮਾਨ ਆ ਉਹ ਵੱਧ ਤੋਂ ਵੱਧ 2-3 ਡਿਗਰੀ ਹਮੇਸ਼ਾ ਹੀ ਗਰਮੀਆਂ ਦੇ ਵਿੱਚ ਤਾਂ ਹੁੰਦਾ, ਅਤੇ ਇਹ ਜਦੋਂ ਸਿਆਲ ਹੁੰਦਾ ਆਪਣੇ ਹੁਣ ਘੱਟ ਤੋਂ ਘੱਟ 2 ਡਿਗਰੀ ਜਾਂ ਮਤਲਬ ਤੁਸੀਂ ਲਾ ਲਓ ਕਿ 1.1 ਕੁਝ ਮਤਲਬ ਠੰਡ ਆ ਜਿਹੜੀ ਉਹ ਪਈ ਸੀ। ਅਤੇ ਪਰ ਬਾਕੀ ਪੰਜਾਬ 'ਚ ਜੇਕਰ ਮੈਂ ਗੱਲ ਕਰਾਂ ਮਾਲਵੇ ਏਰੀਏ ਲੁਧਿਆਣਾ ਏਰੀਆ, ਇਹਦੇ ਵਿੱਚ ਠੰਡ ਆ ਜਿਹੜੀ ਉਹ ਆਪਣੀ 4 ਤੋਂ ਅਜੇ 4 ਡਿਗਰੀ ਸੈਲਸੀਅਸ ਤੋਂ ਥੱਲੇ ਆ ਜਿਹੜੀ ਉਹ ਨਹੀਂ ਗਈ, ਅਤੇ ਇਹਦਾ ਇਹੀ ਮਤਲਬ ਕਿ ਉਹ ਥੋੜ੍ਹੇ ਜਿਹੇ ਖੁਸ਼ਕ ਏਰੀਏ ਨੇ। ਜ਼ਮੀਨ ਤੁਸੀਂ ਕਦੀ ਵੀ ਦੇਖਿਓ ਮਾਲਵੇ ਦੇ ਵਿੱਚ ਮਾਨਸਾ ਏਰੀਆ ਜਿਹੜਾ ਇਹ ਸਾਰਾ ਗਾਹ ਕੇ ਦੇਖਿਓ ਕਿ ਇੱਦਾਂ ਜਿੱਦਾਂ ਆਪਣੇ ਇਹ ਦੇਖੋ ਵੱਟਾਂ 'ਤੇ ਘਾਹ ਆ ਵਗੈਰਾ, ਹੈ ਨਾ, ਆਪਾਂ ਨੂੰ ਸਪਰੇਅ ਵਗੈਰਾ ਕਰਨੀ ਪੈਂਦੀ ਹੈ ਜਾਂ ਸੜਕਾਂ ਦੇ ਆਲੇ ਦੁਆਲੇ ਘਾਹ ਵਗੈਰਾ ਬਹੁਤ ਜ਼ਿਆਦਾ, ਅਤੇ ਪਰ ਆਪਣੇ ਇੱਧਰ ਨਹੀਂ ਹੈ ਘਾਹ, ਉੱਥੇ ਮਤਲਬ ਮਾਲਵੇ ਦੇ ਵਿੱਚ ਨਹੀਂ ਹੈ, ਪਰ ਆਪਣੇ ਇੱਥੇ ਸੋਹਣਾ ਜਿਹੜਾ ਹਰਾ ਭਰਾ ਤੁਸੀਂ ਮੰਨ ਲਓ ਕਿ ਜੋ ਸੜਕ ਵੀ ਇੱਕ ਨਿਕਲਦੀ ਆ ਉਹਦਾ ਏਰੀਆ ਜਿਹੜਾ ਉਹ ਵੀ ਹਰਾ ਭਰਾ ਬਹੁਤ ਸੋਹਣਾ ਆ। ਅਤੇ ਜੇਕਰ ਮੈਂ ਕੁੱਲ ਮਿਲਾ ਕੇ ਗੱਲ ਕਰਾਂ ਤਾਂ ਮਾਝੇ ਦੀਆਂ ਜ਼ਮੀਨਾਂ ਸਭ ਨਾਲੋਂ ਟੋਪ ਨੇ, ਇਹ ਅੱਜ ਨਹੀਂ ਇਹ 300-400 ਸਾਲ ਤੋਂ ਮਤਲਬ ਜ਼ਮੀਨਾਂ ਜਿਹੜੀਆਂ ਇਹ ਟੋਪ 'ਤੇ ਚੱਲ ਰਹੀਆਂ ਨੇ। ਅਤੇ ਮਾਲਵੇ 'ਚ ਹੁਣ ਤੁਸੀਂ ਮੰਨ ਲਓ ਕਿ ਕੋਈ 20-25 ਸਾਲ ਤੋਂ ਸੋਹਣੀ ਖੇਤੀ ਹੋਣ ਲੱਗ ਪਈ ਹੈ, ਮੋਟਰਾਂ 20-20 HP ਦੀਆਂ ਲੱਗ ਗਈਆਂ, ਜ਼ਮੀਨਾਂ ਪਹਿਲਾਂ ਮਤਲਬ ਚੱਲਦੀਆਂ ਨਹੀਂ ਸੀ, ਚੰਗੀ ਫਸਲ ਨਹੀਂ ਸੀ ਹੁੰਦੀ, ਤਾਂ ਕਰਕੇ
ਉੱਥੇ ਜ਼ਮੀਨਾਂ ਥੋੜ੍ਹੀਆਂ ਜਿਹੀਆਂ ਜ਼ਿਆਦਾ, ਆਪਣੇ ਮਾਝੇ ਦੇ ਏਰੀਏ ਦੇ ਵਿੱਚ ਜ਼ਮੀਨਾਂ ਥੋੜ੍ਹੀਆਂ ਜਿਹੀਆਂ ਘੱਟ ਆ। ਜੇਕਰ ਮੈਂ ਠੇਕੇ ਦੀ ਗੱਲ ਕਰਾਂ ਤਾਂ ਤੁਹਾਨੂੰ ਦੱਸਿਆ ਹੀ ਹੈ ਕਿ 40-41 ਹਜ਼ਾਰ ਰੁਪਇਆ ਠੇਕਾ ਜਿਹੜਾ ਉਹ ਆਪਣੇ ਏਰੀਏ ਦੇ ਵਿੱਚ ਹੈਗਾ, ਅਤੇ ਬਾਕੀ ਮਾਲਵੇ ਦੇ ਏਰੀਏ 'ਚ ਤੁਹਾਨੂੰ ਪਤਾ ਹੀ ਆ। ਬਾਕੀ ਜੇਕਰ ਜ਼ਮੀਨ ਤੁਸੀਂ ਮੰਨ ਲਓ ਕਿ ਕੋਈ ਸਬਜ਼ੀ ਵਾਲੀ ਆ ਜਾਂ ਗੰਨੇ ਵਾਲੀ ਆ, ਇੱਥੋਂ ਤੱਕ ਕਿ ਜਿਹੜੀਆਂ ਆਪਣੇ ਬੋਰਡਰ 'ਤੇ ਆਪਣੀ ਵੀ ਥੋੜ੍ਹੀ ਜਿਹੀ ਹੈਗੀ ਆ, ਅਤੇ ਉਹ ਆਪਾਂ ਠੇਕੇ ਦਿੱਤੀ ਹੋਈ ਆ। ਜਿਹੜੀਆਂ ਬੋਰਡਰ ਦੇ ਨਾਲ ਲੱਗਦੀਆਂ ਰੇਸਲੀਆਂ ਪੈਲੀਆਂ, ਪਾਣੀ ਦਾ ਕੋਈ ਪ੍ਰਬੰਧ ਨਹੀਂ, ਅਤੇ ਉੱਥੇ ਗੰਨਾ ਜਿਹੜਾ ਉਹ ਬਹੁਤ ਸੋਹਣਾ ਹੋ ਜਾਂਦਾ, ਮਤਲਬ 400-500 ਕੁਇੰਟਲ ਆ ਜਿਹੜਾ ਉਹ ਗੰਨਾ ਕਿੱਲੇ 'ਚੋਂ ਨਿਕਲ ਜਾਂਦਾ। ਅਤੇ ਉਹਦੀ ਜੇਕਰ ਮੈਂ ਗੱਲ ਕਰਾਂ ਠੇਕਾ, ਉਹ ਆਪਣੇ ਇਹ ਜ਼ਮੀਨਾਂ ਭਾਰੀਆਂ ਨੇ ਥੋੜ੍ਹੀਆਂ ਜਿਹੀਆਂ, ਅਤੇ ਉੱਥੇ ਠੇਕਾ ਆਪਣਾ 50,000, 48,000, 47,000, ਕਿਉਂਕਿ ਉਹ ਫਸਲ ਸਾਲ ਬਾਅਦ ਆਉਣੀ ਆ, ਅਤੇ ਇੱਕੋ ਵਾਰੀ ਕਿਸਾਨ ਵੀਰ ਜਿਹੜੇ ਆ ਉਹ ਗੰਨਾ ਸੁੱਟ ਲੈਂਦੇ ਆ, ਕਈ ਵਾਰੀ ਵਾਂਡ ਵਗੈਰਾ ਭਰੀਦਾ ਹੁੰਦਾ, ਅਤੇ ਤਾਂ ਕਰਕੇ ਉਹ ਜੇ ਮੰਨ ਲਓ ਆਪਾਂ ਗੰਨਾ ਮਿਲ 'ਚ ਨਹੀਂ ਲੈ ਕੇ ਜਾਂਦੇ ਅਤੇ ਉਹ ਨਾਲ ਦੀ ਨਾਲ ਹੀ ਕੈਂਸਲ ਕਰ ਦਿੰਦੇ, ਅਗਲੀ ਵਾਰੀ ਪਰਚੀ ਆ ਜਿਹੜੀ ਉਹ ਨਹੀਂ ਦਿੰਦੇ, ਤਾਂ ਕਰਕੇ ਉੱਥੇ ਮਤਲਬ ਕਮਾਦ ਵਾਲੀਆਂ ਜ਼ਮੀਨਾਂ ਦਾ ਠੇਕਾ ਥੋੜ੍ਹਾ ਜਿਹਾ ਜ਼ਿਆਦਾ। ਬਾਕੀ ਝੋਨੇ ਕਣਕ ਦੀ ਤੁਸੀਂ ਦੇਖ ਹੀ ਸਕਦੇ ਹੋ, ਕਣਕ ਇਹਨੂੰ ਕੁਝ ਨਹੀਂ ਪਾਇਆ, ਸਿਰਫ 1.5 ਬੈਗ ਯੂਰੀਆ ਦਾ ਪਾਇਆ ਹੋਇਆ ਕਿੱਲੇ ਦੇ ਹਿਸਾਬ ਨਾਲ, ਅਤੇ ਦੇਖੋ ਤੁਸੀਂ ਫਸਲਾਂ ਐਨ ਟੋਪ ਦੀਆਂ ਖੜੀਆਂ, ਸਪਰੇਆਂ ਦਾ ਘੱਟ ਪ੍ਰਯੋਗ ਆ, ਇੰਨਾ ਹੀ ਠੇਕਾ। ਅੰਮ੍ਰਿਤਸਰ ਏਰੀਏ ਦੇ ਵਿੱਚ ਜਿੱਥੇ ਸਬਜ਼ੀਆਂ ਦਾ ਕਾਸ਼ਤ ਜ਼ਿਆਦਾ ਹੁੰਦੀ ਆ, ਬਾਬਾ ਬਕਾਲਾ ਏਰੀਆ, ਉੱਥੇ ਤੁਸੀਂ ਮੰਨ ਲਓ ਉੱਥੇ ਠੇਕਾ ਥੋੜ੍ਹਾ ਜਿਹਾ ਜ਼ਿਆਦਾ ਹੋ ਸਕਦਾ, ਪਰ ਆਪਣੇ ਏਰੀਏ ਦੇ ਵਿੱਚ ਇੰਨਾ ਹੀ ਠੇਕਾ। ਅਤੇ ਜਿਹੜੇ ਕਿਸਾਨ ਵੀਰ ਲੈਂਦੇ ਆਪਣੇ 40-41 ਹਜ਼ਾਰ ਨੂੰ ਵੀ, ਉਹ ਵੀ ਥੱਲੇ ਲੱਗਦੇ ਦੇਖੇ ਆ। ਪਹਿਲਾਂ ਤਾਂ ਚਲੋ ਕਿਸਾਨ ਵੀਰ ਕੀ ਕਰਦੇ ਸੀ, ਤੂੜੀ ਵੀ ਇਕੱਠੀ ਕਰ ਲੈਂਦੇ ਸੀ, ਬਾਅਦ ਵਿੱਚ ਕਣਕ ਦੀ ਉਹ ਮਤਲਬ ਇਕੱਠੀ ਪੈਸਾ ਇਕੱਠਾ ਹੋ ਜਾਂਦਾ ਸੀ, ਉਹ ਬਾਅਦ ਵਿੱਚ ਤੁਸੀਂ ਤੂੜੀ ਆ ਜਿਹੜੀ ਉਹ ਵੇਚ ਦਿੰਦੇ ਸੀ। ਪਿਛਲੀ ਵਾਰੀ ਰੇਟ ਬਹੁਤ ਸੋਹਣਾ ਤੂੜੀ ਦਾ ਮਿਲਿਆ ਸੀ, ਅਤੇ ਹੁਣ ਤੁਸੀਂ ਖੁਦ ਹੀ ਦੇਖ ਲਓ ਕਿ ਇਸ ਵਾਰ ਅੱਧਾ ਜਿਹੜਾ ਉਹ ਰਹਿ ਗਿਆ ਮਤਲਬ ਰੇਟ ਤੂੜੀ ਦਾ। ਅਤੇ ਤਾਂ ਕਰਕੇ ਇੰਨਾ ਰਿਸਕ ਨਾ ਲਿਆ ਕਰੋ, ਜੇਕਰ ਸਾਰਾ ਪਿੰਡ ਏਕਾ ਕਰ ਲਿਆ ਕਰੋ। ਐਵੇਂ ਨਹੀਂ ਕਿ ਦੂਸਰਾ ਬੰਦਾ ਜੇ ਤੁਹਾਨੂੰ ਮੰਨ ਲਓ 60,000 ਦਿੰਦਾ ਅਤੇ ਅਗਲਾ ਆ ਕੇ 62 ਲਾ ਦੇ, ਅੱਧਾ ਕਿਸਾਨ ਵੀਰੋ ਇਹ ਮਰਨ ਵਾਲੀ ਗੱਲ ਆ। ਆਪਣੇ ਏਰੀਏ ਦੇ ਵਿੱਚ ਮਤਲਬ 40-41 ਹਜ਼ਾਰ ਨੂੰ ਵੀ ਬਹੁਤ ਜ਼ਿਆਦਾ ਮੰਨਿਆ ਜਾਂਦਾ, ਅਤੇ ਜਿਹੜਾ 40 ਨੂੰ ਮਤਲਬ 2 ਸਾਲ ਪਹਿਲਾਂ 33-34 ਨੂੰ ਜ਼ਮੀਨ ਹੈ ਜਿਹੜੀ ਮੋਟਰ ਵਿੱਚ ਲੱਗੀ ਹੋਈ ਉਹ ਮਿਲ ਜਾਂਦੀ ਸੀ, ਅਤੇ ਉਹ ਵੀ ਕਿਸਾਨ ਵੀਰ ਥੱਲੇ ਲੱਗਦੇ ਵੇਖੇ ਆ। 40-41 'ਚ ਵੀ ਥੱਲੇ ਲੱਗ ਜਾਂਦੇ ਆ ਫਸਲਾਂ ਦੇ ਝਾੜ ਸੋਹਣੇ ਲੈ ਕੇ, ਅਤੇ ਮੈਨੂੰ ਸਮਝ ਨਹੀਂ ਲੱਗਦੀ ਕਿ ਜਿਹੜੇ ਕਿਸਾਨ ਵੀਰ ਝੋਨੇ ਕਣਕ ਦੀ ਖੇਤੀ ਕਰਦੇ ਆ ਉਹ ਫਿਰ ਵੀ ਮਤਲਬ ਇੰਨੀ ਮਹਿੰਗੀ ਜ਼ਮੀਨ ਲੈ ਲੈਂਦੇ ਆ, ਉਹਨਾਂ ਨੂੰ ਬਚਦਾ ਕੀ ਆ। ਕਿਸਾਨ ਵੀਰੋ ਇਹ ਥੋੜ੍ਹਾ ਜਿਹਾ ਤੁਸੀਂ ਟਾਈਮ ਲਾ ਕੇ ਦੇਖਿਓ, ਇੱਥੋਂ ਤੱਕ ਕਿ ਆਪਣੀ ਦਿਹਾੜੀ ਵੀ ਵਿੱਚ ਪਾ ਕੇ ਦੇਖਿਓ, ਜਿਹੜਾ ਤੁਸੀਂ ਖੇਤ ਆਉਂਦੇ ਹੋ ਪੈਟਰੋਲ ਮਚਾਉਂਦੇ ਹੋ ਉਹ ਵੀ ਲਾ ਕੇ ਦੇਖਿਓ, ਤੁਹਾਨੂੰ ਕੁਝ ਵੀ ਨਹੀਂ ਬਚਦਾ। ਸੋ ਠੇਕੇ ਪਿੰਡ ਸਲਾਹ ਕਰਕੇ ਇੱਕ ਮਤਾ ਪਾ ਕੇ ਤੁਸੀਂ ਠੇਕੇ ਆ ਜਿਹੜੇ ਉਹ ਕੰਟਰੋਲ ਕਰ ਸਕਦੇ ਹੋ। ਜਿਹੜਾ ਜ਼ਮੀਨ ਕਿਸਾਨ ਵੀਰ ਠੇਕੇ ਦੇ ਰਿਹਾ ਅਤੇ ਉਹ ਠੇਕੇ ਕਿਉਂ ਦਿੰਦਾ ਕਿ ਉਹਨੇ ਕੋਈ ਦੂਸਰਾ ਉਹਦਾ ਥਰਡ ਪਾਰਟ ਕੰਮ ਹੈਗਾ, ਕੋਈ ਕਾਰੋਬਾਰ ਹੋਏਗਾ ਜਾਂ ਕੋਈ ਬਾਹਰ ਅੰਦਰ ਗਿਆ ਹੋਏਗਾ ਜਾਂ ਹੈ ਨਾ ਕੁਝ ਵੀ ਆ, ਉਹ ਕਾਰੋਬਾਰ ਉਹਦਾ ਚੱਲਦਾ ਹੋਏਗਾ, ਉਹਦਾ ਸਰ ਜਾਣਾ। ਪਰ ਕਿਸਾਨ ਵੀਰ ਉਹ ਤੁਹਾਡਾ ਨਹੀਂ ਸਰਨਾ, ਇੰਨੀ ਮਹਿੰਗੀ ਜ਼ਮੀਨ ਆ ਜਿਹੜੀ ਉਹ ਠੇਕੇ 'ਤੇ ਲੈ ਕੇ। ਸੋ ਠੇਕਿਆਂ 'ਤੇ ਥੋੜ੍ਹਾ ਜਿਹਾ ਕੰਟਰੋਲ ਕਰੋ। ਮੈਂ ਬਾਕੀ ਆਪਣੇ ਏਰੀਏ ਦੇ ਵਿੱਚ ਠੇਕਾ ਤੁਹਾਨੂੰ ਦੱਸਤਾ, ਅਤੇ ਜੇਕਰ ਕਿਸੇ ਨੇ ਕੋਈ ਲੈਣੀ ਹੋਈ ਜ਼ਮੀਨ ਤਾਂ ਵੀ ਦੱਸ ਦਿਓ। ਅਤੇ ਬਾਕੀ ਸਾਰੇ ਕਿਸਾਨ ਵੀਰ ਕਮੈਂਟ ਜ਼ਰੂਰ ਕਰਿਓ ਕਿ ਕਿਹੜੇ ਕਿਸਾਨ ਵੀਰ ਮਾਲਵੇ ਦੇ ਆ ਅਤੇ ਕਿਹੜੇ ਮਾਝੇ ਦੇ ਆ। ਸੋ ਕੱਲ੍ਹ ਆਪਾਂ ਹੁਣ ਛੋਟਾ ਜਿਹਾ ਕੰਪੈਰੀਜ਼ਨ ਕੀਤਾ, ਕੱਲ੍ਹ ਆਪਾਂ ਮਾਝੇ ਦੁਆਬੇ ਅਤੇ ਮਾਲਵੇ ਦੀ ਪੂਰੀ ਐਨ ਡਿਟੇਲ ਆ ਜਿਹੜੀ ਉਹ ਤੁਹਾਨੂੰ ਥੋੜ੍ਹੀ ਜਿਹੀ ਵੀਡੀਓ ਲੰਮੀ ਬਣਾਵਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਕੀ ਫਰਕ ਨੇ, ਕਿਸਾਨੀ ਕਿੱਦਾਂ ਦੀ ਹੈ, ਜ਼ਮੀਨਾਂ ਕਿੱਦਾਂ ਦੀਆਂ, ਹੈ ਨਾ। ਸੋ ਧੰਨਵਾਦ ਜੀ।